ਸਤੀਆਂ ਹੈ, ਇਹ ਕਿਹਨਾਂ ਦੀ ਸਤੀਆਂ ਜੀ? ਇਹ ਰਾਮਪਾਲ ਪੰਡਿਤ ਹੈ ਜੀ, ਉਹਨਾਂ ਦੀ ਸਤੀਆਂ ਹੈ। ਹਾਂਜੀ, ਉਹ ਆਉਂਦੇ ਆ ਕੋਈ ਭੱਟਗੜ੍ਹ ਤੇ, ਕੋਈ ਜਮੁਨਾ ਨਗਰ ਤੇ, ਕੋਈ ਬਰੂਣਾ ਮਾਜਰੇ ਤੋਂ ਆਉਂਦੇ ਆ, ਫੇਡਿਆਂ 'ਤੇ ਆਉਂਦੇ ਆ ਜੀ। ਸਾਨੂੰ ਇਹ ਕਾਫੀ ਚਿਰ ਦੇ ਕਮੈਂਟ ਆ ਰਹੇ ਸੀ ਵੀ ਤੁਸੀਂ ਬਾਹਰ ਜਾਂਦੇ ਹੋ, ਕਿਤੇ ਵੀ ਜਾਂਦੇ ਆ, ਤਾਂ ਜਿਹੜੀਆਂ ਇਹ ਚੀਜ਼ ਦਾ ਸਾਨੂੰ ਪਤਾ ਕਰਕੇ ਜ਼ਰੂਰ ਦੱਸੋ ਵੀ ਜਿਹੜੀ ਰਾਮਪਾਲ ਕੌਸ਼ਲ ਦੀਆਂ ਜਿਹੜੀਆਂ ਸਤੀਆਂ ਉਹ ਕਿੱਥੇ ਹੈ। ਭਰਤਗੜ੍ਹ ਜਿਹੜਾ ਪਿੰਡ ਪੈਂਦਾ ਹੈ, ਕਾਫੀ ਵੱਡਾ ਕਸਬਾ ਹੈਗਾ, ਉਸ ਤੋਂ ਅੱਗੇ ਜੀ ਦੁਬੋਟਾ ਪਿੰਡ ਪੈਂਦਾ ਹੈ ਅਤੇ ਹਿਮਾਚਲ ਦੇ ਵਿੱਚ, ਅਤੇ ਤੁਸੀਂ ਜਦੋਂ ਦੁਬੋਟੇ ਤੋਂ ਨਾਲਾਗੜ੍ਹ ਨੂੰ ਜਾਂਦੇ ਆ ਦਸ ਉਰੇ ਦੁਬੋਟੇ ਤੋਂ ਬਾਬਾ ਜੀ ਕਿੰਨੇ ਕਿਲੋਮੀਟਰ 'ਤੇ ਹੈਗੀ ਜੀ ਇਹ? ਇਹ ਕੋਈ 3 ਕਿਲੋਮੀਟਰ ਉੱਪਰ ਆ ਕੇ। ਦੁਬੋਟਾ ਹੀ ਪੈਂਦਾ ਜੀ, ਇਹਨੇ ਥਰਾਲੀ ਕਹਿੰਦੇ ਵੈਸੇ। 300 ਸਾਲ ਪਹਿਲਾਂ ਦਾ ਬਾਬਾ ਜੀ, ਉਹਦੇ ਕੌਣ ਹੋਰ ਕੋਈ ਬਜ਼ੁਰਗ, ਕੋਈ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਰਾਮਪਾਲ ਦੀ? ਇਹ ਮਤਲਬ ਕੋਈ ਕੋਈ ਆਉਂਦੇ ਤੇ ਜ਼ਿਆਦਾ ਰੌਲੇ ਰੌਲੇ ਪਏ ਨਾ, ਇੱਥੇ ਉਜੜੀ ਦੁਨੀਆ ਬਹੁਤ ਹੈ ਨਾ, ਅਤੇ ਵਿਹਲੇ ਵਿਹਲੇ ਰਹਿ ਗਏ, ਬਹੁਤ ਘਰ ਹੁੰਦੇ ਤੇ ਅੱਗੇ ਸ਼ਹਿਰਾਂ ਦੇ ਸ਼ਹਿਰ ਉਜੜ ਗਏ ਵੀ ਉਰੇ ਤੇ, ਉਹਨਾਂ ਦੇ ਪਹਿਲਾਂ ਦੀਆਂ ਸਦੀਆਂ ਇਹ। ਬਾਕੀ ਹੁਣ ਜਿਹਨਾਂ ਨੂੰ ਪਤਾ ਥਾ ਉਹ ਆਉਂਦੇ ਰਹੇ, ਜਿਹਨਾਂ ਨੂੰ ਨਹੀਂ ਪਤਾ ਉਹ ਨਹੀਂ ਆਏ। ਜ਼ਿਆਦਾ ਵੀ ਨਹੀਂ ਪਤਾ ਉਹਨੂੰ ਪਤਾ ਵੀ ਸਾਡੀ ਸਦੀਆਂ ਹੈ ਕਿੱਥੇ ਆ, ਟੋਲ ਦੇ ਲੱਭਦੇ ਫਿਰਦੇ। ਫਰਵਰੀ ਦਾ ਦੂਆ ਐਤਵਾਰ ਹੈ, ਹਵਨ ਹੁੰਦਾ, ਭੰਡਾਰਾ ਹੁੰਦਾ, ਬਹੁਤ ਠੀਕ ਦਾ, ਪੂੜੇ ਬਣਦੇ ਆ, ਕੁਇੰਟਲ ਆਟਾ ਪੂੜੇ ਦਾ ਬਣਦਾ, ਚਾਵਾ 4-5 ਸਬਜ਼ੀਆਂ ਬਣਦੀਆਂ, ਖੀਰ ਬਣਦੀ, ਸੰਗਤ ਇੱਥੇ ਮਤਲਬ ਪੂਰੇ ਲੱਗ ਜਾਂਦੇ, 600-700-800 ਬੰਦਾ ਆ ਜਾਂਦਾ ਇੱਥੇ। ਦੁਬੋਟਾ ਪਿੰਡ, ਦੁਬੋਟੇ ਦੇ ਕਿ ਨਸਰਾਲੀ ਜਿਹੜੀ ਪਿੰਡ ਪੈਂਦੇ ਆ, ਉੱਥੇ ਜਿਹੜੀਆਂ ਇਹ ਸਤੀਆਂ ਹੈਗੀਆਂ। 11 ਤਰੀਕ ਨੂੰ ਵੱਡਾ ਭੰਡਾਰਾ ਕੀਤਾ ਜਾਂਦਾ ਹੈ, ਔਰ 10 ਵਜੇ ਤੋਂ ਲੈ ਕੇ 12 ਵਜੇ ਤੱਕ ਹਵਨ ਕੀਤਾ ਜਾਊਗਾ, ਉਸ ਤੋਂ ਬਾਅਦ ਜਿਹੜਾ ਲੰਗਰ। ਅਤੇ ਬਾਬਾ ਜੀ ਵੱਲੋਂ ਦੱਸਿਆ ਗਿਆ ਵੀ ਜੇ ਤੁਸੀਂ ਲੇਟ ਫੇਟ ਵੀ ਹੁੰਦੇ ਤਾਂ ਕੋਈ ਗੱਲ ਨਹੀਂ, 8 ਵਜੇ ਤੱਕ ਤੁਸੀਂ ਉਰੇ ਜ਼ਰੂਰ ਪਹੁੰਚੋ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਕਿਰਪਾਲ ਸਿੰਘ ਜੀ ਸਟਾਰ ਟੀਵੀ ਤੋਂ, ਅਤੇ ਸਾਨੂੰ ਇੱਕ ਕਮੈਂਟ ਆ ਰਹੇ ਸੀ ਕਾਫੀ ਚਿਰ ਤੋਂ ਵੀ ਤੁਸੀਂ ਘੁੰਮਦੇ ਫਿਰਦੇ ਰਹਿੰਦੇ ਨੇ ਚੈਨਲ ਵਾਲੇ, ਰਾਮਪਾਲ ਗੋਤ ਦੇ ਰਾਮਪਾਲ ਕੌਸ਼ਲ ਪੰਡਤਾਂ 'ਚੋਂ ਜਿਹੜੀ ਉਹਨਾਂ ਦੀ ਸਤੀਆਂ ਨਹੀਂ ਮਿਲ ਰਹੀਆਂ ਸੀਆਂ, ਅਤੇ ਅੱਜ ਸਾਨੂੰ ਘੁੰਮਦੇ ਘੁੰਮਦੇ ਤੁਸੀਂ ਸਾਡੇ ਪਿੱਛੇ ਜਿਹੜਾ ਦੇਖ ਰਹੇ ਹੋ ਹਿਮਾਚਲ ਪ੍ਰਦੇਸ਼ ਦੀ ਧਰਤੀ ਉੱਤੇ ਖੜ੍ਹੇ ਨੇ, ਅਤੇ ਭਰਤਗੜ੍ਹ ਦੇ ਅੱਗੇ ਦੁਬੋਟਾ ਪਿੰਡ ਆਉਂਦਾ ਹੈ, ਦੁਬੋਟੇ ਦੇ ਅੱਗੇ ਇੱਕ ਜਿਹੜਾ ਨਾਲਾਗੜ੍ਹ 'ਤੇ ਰੋਡ ਜਾਂਦਾ ਹੈ, ਥੋੜ੍ਹਾ ਜਿਹਾ ਰੋਡ ਤੋਂ ਹਟ ਕੇ ਇਹ ਸਤੀਆਂ ਦਾ ਪਤਾ ਲੱਗਿਆ। ਅੱਜ ਤੁਸੀਂ ਜਿਹੜੀ ਲਾਈਵ ਤਸਵੀਰਾਂ ਦੇ ਵਿੱਚ ਮੰਦਰ ਦੇਖ ਰਹੇ ਹੋ, ਉਹ ਵੀ ਜਿਹੜਾ ਸਤੀਆਂ ਦਾ ਜਿਹੜਾ ਮੰਦਰ ਹੈਗਾ, ਸਾਡੇ ਵਿੱਚ ਉਹਨਾਂ ਦੇ ਜਿਹੜੇ ਪੁਜਾਰੀ ਜੀ ਹੈਗੇ ਆ ਜਾਂ ਉਹਨਾਂ ਦੀ ਦੇਖ ਰੇਖ ਕਰਦੇ ਆ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਔਰ ਉਹਨਾਂ ਨੂੰ ਕਿਵੇਂ ਪਤਾ ਲੱਗਿਆ, ਕੀ ਹਿਸਟਰੀ ਹੈ, ਸਾਰੀ ਆਪਾਂ ਤੁਹਾਨੂੰ ਗੱਲ ਕਰ ਦਾਂਗੇ, ਵੀਡੀਓ ਦੇ ਨਾਲ ਜੁੜੇ ਰਹੋ। ਅਤੇ ਹਾਂਜੀ, ਤੁਸੀਂ ਜਿਹੜੀਆਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਇਹ ਜਿਹੜਾ ਅੰਦਰ ਮੰਦਰ ਹੈ ਅਤੇ ਬਾਹਰ ਬਾਬਾ ਜੀ ਬੈਠੇ ਆ, ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ ਕੀ ਨਾਮ ਹੈ ਜੀ ਆਪਣਾ? ਰਾਮ ਪਿਆਰਾ ਜੀ। ਜਿਹੜੀਆਂ ਇਹ ਸਤੀਆਂ ਹੈ, ਇਹ ਕਿਹਨਾਂ ਦੀ ਸਤੀਆਂ ਜੀ? ਇਹ ਰਾਮਪਾਲ ਪੰਡਿਤ ਹੈ ਜੀ, ਉਹਨਾਂ ਦੀਆਂ ਸਤੀਆਂ ਹੈ। ਅੱਛਾ ਜੀ। ਹਾਂਜੀ, ਉਹ ਆਉਂਦੇ ਆ ਕੋਈ ਭੱਟਗੜ੍ਹ ਦੇ, ਕੋਈ ਜਮੁਨਾ ਨਗਰ ਦੇ, ਕੋਈ ਬਰੂਣਾ ਮਾਜਰੇ ਤੋਂ ਆਉਂਦੇ ਆ, ਫੇਡਿਆਂ 'ਤੇ ਆਉਂਦੇ ਆ ਜੀ, ਇਹ ਕਈ ਇੱਕ ਲੁਧਿਆਣੇ 'ਤੇ ਵੀ ਆਉਂਦੇ ਆ, ਇਹਨਾਂ ਦੀਆਂ ਸਤੀਆਂ ਜੀ। ਕਈਆਂ ਨੂੰ ਪਤਾ ਹੀ ਨਹੀਂ ਆ ਜਾਵੇ ਸਾਡੀਆਂ ਸਤੀਆਂ ਹੈ ਕਿੱਥੇ,
ਇਹਨਾਂ ਨੂੰ ਵੀ ਕਈ ਸਾਲਾਂ ਤੋਂ ਬਾਅਦ ਪਤਾ ਲੱਗਿਆ, ਹੁਣ ਮੈਂ ਇੱਥੇ ਵਸਿਆ, ਮੈਂ ਵੀ ਥਾਂ ਨਹੀਂ ਨਾ ਪਹਿਲੇ ਇੱਥੇ, ਮੈਂ ਵੀ ਲੋਕ ਫਿਰ ਇੱਥੇ ਜ਼ਮੀਨ ਦੀ ਮੂਲੇ ਹੀ ਮੈਂ ਵਸਿਆ, ਫਿਰ ਜਾਂਦੇ ਇੱਥੇ ਧੂ ਬੱਤੀ ਲੱਗ ਕੇ ਕੱਢ, ਪਹਿਲਾਂ ਝਾੜ ਝੂੜੇ ਹੁੰਦੇ ਤੇ ਇੱਥੇ। ਹਾਂਜੀ, ਅਤੇ ਦਰਸ਼ਕ ਨੋਟ ਕਰ ਲੈਣ, ਜਿਹੜੀਆਂ ਰਮਪਾਲ ਗੋਤ ਦੀਆਂ ਜਿਹੜੀਆਂ ਹੈਗੀਆਂ ਸਤੀਆਂ ਹੈਗੀਆਂ, ਰਮਪਾਲ ਕੌਸ਼ਲ ਜਿਹੜੇ ਬ੍ਰਾਹਮਣਾਂ 'ਚ ਹੋਏ ਆ ਉਹਨਾਂ ਦੀਆਂ ਜਿਹੜੀਆਂ ਸਤੀਆਂ ਸੀ, ਅੱਜ ਤੁਸੀਂ ਉਸ ਮੰਦਰ ਦੇ ਵਿੱਚ ਮੈਂ ਬੈਠਾ ਹੈ। ਔਰ ਸਾਨੂੰ ਇਹ ਕਾਫੀ ਚਿਰ ਦੇ ਕਮੈਂਟ ਆ ਰਹੇ ਸੀ ਵੀ ਤੁਸੀਂ ਬਾਹਰ ਜਾਂਦੇ ਹੋ, ਕਿਤੇ ਵੀ ਜਾਂਦੇ ਆ, ਤਾਂ ਜਿਹੜੀਆਂ ਇਹ ਚੀਜ਼ ਦਾ ਸਾਨੂੰ ਪਤਾ ਕਰਕੇ ਜ਼ਰੂਰ ਦੱਸੋ ਵੀ ਜਿਹੜੀ ਰਮਪਾਲ ਕੌਸ਼ਲ ਦੀਆਂ ਜਿਹੜੀਆਂ ਸਤੀਆਂ ਉਹ ਕਿੱਥੇ ਹੈ। ਅੱਜ ਮਾਤਾ ਦੀ ਕਿਰਪਾ ਲਾ ਲਓ, ਭਗਵਾਨ ਦੀ ਕਿਰਪਾ ਲਾ ਲਓ, ਵਾਹਿਗੁਰੂ ਦੀ ਕਿਰਪਾ ਲਾ ਲਓ, ਅਤੇ ਅਸੀਂ ਉਸ ਮੁਕਾਮ 'ਤੇ ਪਹੁੰਚ ਚੁੱਕੇ ਨੇ ਜਿੱਥੇ ਅਸੀਂ ਉਹ ਸਤੀਆਂ ਰਮਪਾਲ ਦੀਆਂ, ਅਤੇ ਇਹ ਅੱਜ ਅਸੀਂ ਰੋਪੜ ਤੋਂ ਜਦੋਂ ਆਏ ਆ ਤਾਂ ਤੁਸੀਂ ਤੁਹਾਨੂੰ ਭਰਤਗੜ੍ਹ ਜਿਹੜਾ ਪਿੰਡ ਪੈਂਦਾ ਹੈ, ਕਾਫੀ ਵੱਡਾ ਕਸਬਾ ਹੈਗਾ, ਉਸ ਤੋਂ ਅੱਗੇ ਜੀ ਦੁਬੋਟਾ ਪਿੰਡ ਪੈਂਦਾ ਹੈ ਅਤੇ ਹਿਮਾਚਲ ਦੇ ਵਿੱਚ, ਅਤੇ ਤੁਸੀਂ ਜਦੋਂ ਦੁਬੋਟੇ ਤੋਂ ਨਾਲਾਗੜ੍ਹ ਨੂੰ ਜਾਂਦੇ ਆ ਉਰੇ ਦੁਬੋਟੇ ਤੋਂ ਬਾਬਾ ਜੀ ਕਿੰਨੇ ਕਿਲੋਮੀਟਰ 'ਤੇ ਹੈਗੀ ਜੀ ਇਹ? ਤਿੰਨ ਕਿਲੋਮੀਟਰ ਉੱਪਰੋਂ ਆ ਕੇ, ਇਹ 3 ਕਿਲੋਮੀਟਰ ਜਦੋਂ ਤੁਸੀਂ ਦੁਬੋਟੇ ਤੋਂ ਆਉਣਾ ਹੈ ਤਾਂ ਇੱਕ ਰਸਤਾ ਰਾਈਟ ਸਾਈਡ ਤੋਂ ਉੱਪਰ ਨੂੰ ਆਉਂਦਾ ਹੈ, ਅਤੇ ਇਹ ਬਾਬਾ ਜੀ ਕਿਹੜੇ ਪਿੰਡ ਕਿਹੜਾ ਕਹਿੰਦੇ ਜੀ? ਦੁਬੋਟਾ ਹੀ ਪੈਂਦਾ ਜੀ ਇਹ, ਨਸਰਾਲੀ ਕਹਿੰਦੇ ਵੈਸੇ। ਅਤੇ ਤੁਸੀਂ ਨਸਰਾਲੀ ਕਿਸੇ ਨੂੰ ਵੀ ਪਤਾ ਕਰ ਸਕਦੇ ਹੋ ਜਿਹੜੀਆਂ ਲੋਕੇਸ਼ਨਾਂ, ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਜੇ ਉਹਦੀ ਲੋਕੇਸ਼ਨ ਜਿਹੜੀ ਅਪਡੇਟ ਹੋਈ ਹੈ ਤਾਂ ਉਹ ਵੀ ਤੁਸੀਂ ਤੁਹਾਨੂੰ ਵੀਡੀਓ 'ਚ ਪਾਵਾਂਗੇ। ਜੇ ਬਾਬਾ ਜੀ ਆਪਾਂ ਗੱਲ ਕਰੀਏ ਇਹ ਉਰੇ ਜਿਹੜੀ ਆ ਸਭ ਤੋਂ ਪਹਿਲਾ ਮੰਦਰ ਸੀ ਉਹ ਮਤਲਬ ਆਦਿ ਸਦੀਆਂ ਤੋਂ ਪੁਰਾਣਾ ਮੰਦਰ ਸੀ, ਕਿੰਨੇ ਕੁ ਸਾਲ ਤੋਂ ਲਾਈਏ ਜੀ? ਉਹ ਕੋਈ 300 ਸਾਲ ਪਹਿਲਾਂ ਲਾ ਦਿਓ ਜੀ। 300 ਸਾਲ ਪਹਿਲਾਂ ਦਾ ਪੁਰਾਣਾ ਜੀ, ਅਤੇ 300 ਸਾਲ ਪਹਿਲਾਂ ਦਾ ਬਾਬਾ ਜੀ ਉਰੇ ਕੌਣ ਹੋਰ ਕੋਈ ਬਜ਼ੁਰਗ ਕੋਈ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਰਾਮਪਾਲ ਦੀ? ਇਹ ਮਤਲਬ ਕੋਈ ਕੋਈ ਆਉਂਦੇ ਤੇ ਜ਼ਿਆਦਾ ਰੌਲੇ ਰੋਲੇ ਪਏ ਨਾ ਇੱਥੇ, ਉਜੜੀ ਦੁਨੀਆਂ ਬਹੁਤ ਹੈ ਨਾ, ਅਤੇ ਵਿਹਲੇ ਵਿਹਲੇ ਰਹਿ ਗਏ, ਬਹੁਤ ਘਰ ਹੁੰਦੇ ਤੇ ਅੱਗੇ ਸ਼ਹਿਰਾਂ ਦੇ ਸ਼ਹਿਰ ਉਜੜ ਗਏ ਵੀ ਉਰੇ ਤੇ, ਉਹਨਾਂ ਤੋਂ ਪਹਿਲਾਂ ਦੀਆਂ ਸਦੀਆਂ ਇਹ। ਬਾਕੀ ਉਹ ਹੁਣ ਜਿਹਨਾਂ ਨੂੰ ਪਤਾ ਥਾ ਉਹ ਆਉਂਦੇ ਰਹੇ, ਜਿਹਨਾਂ ਨੂੰ ਨਹੀਂ ਪਤਾ ਉਹ ਨਹੀਂ ਆਏ। ਹਾਂਜੀ, ਅਜਾ ਵੀ ਨਹੀਂ ਪਾਤੇ ਉਹਨੂੰ ਪਤਾ ਵੀ ਸਾਡੀ ਸਦੀਆਂ ਹੈ ਕਿੱਥੇ ਆ, ਟੋਲਦੇ ਲੱਭਦੇ ਫਿਰਦੇ। ਹਾਂਜੀ, ਕਾਫੀ ਕੁਛ ਕਹਿਣ 'ਚ ਵੀ ਆਉਂਦਾ ਹੈ ਵੀ ਜੇ ਕਿਸੇ ਨੂੰ ਕਹਿੰਦੇ ਵੀ ਕੋਈ ਖੋਟ ਹੋ ਜਾਂਦੀ ਹੈ ਤਾਂ ਉਹ ਸਤੀਆਂ ਦੀ ਵੀ ਦੱਸਿਆ ਜਾਂਦੀ ਹੈ, ਜਾਂ ਪਿੱਤਰਾਂ ਦੀ ਜਿਹੜੀ ਦੱਸੀ ਜਾਂਦੀ ਹੈ। ਮਨੋਕਾਮਨਾ ਪੂਰੀ ਹੁੰਦੀ ਜੀ, ਜੋ ਸਤੀਆਂ ਦੀ ਮਨੋਕਾਮਨਾ ਪੂਰੀ ਕਰਦੀ ਹੈ ਨਾ, ਉਹ ਸੋਖਣਾ ਕਰ ਲੈਂਦੇ ਆ, ਉਹ ਮਨੋਕਾਮਨਾ ਪੂਰੀ ਹੁੰਦੀ ਹੈ। ਜਿਹੜੇ ਸੱਚੇ ਮਨ ਨਾਲ ਜਿਹਨਾਂ ਦਾ ਇਹ ਜਾਣਾ ਉਹਦਾ ਕੋਈ ਚੱਕਰ ਹੀ ਨਹੀਂ ਹੈ। ਅਤੇ ਅੱਜ ਤੁਹਾਨੂੰ ਫਿਰ ਅਸੀਂ ਦੁਬਾਰੇ ਰਿਪੀਟ ਕਰਦੇ ਹਾਂ ਵੀ ਰਮਪਾਲ ਕੌਸ਼ਲ ਦੀਆਂ ਜਿਹੜੀਆਂ ਸਤੀਆਂ ਹੈ, ਅਸੀਂ ਉਸ ਮੰਦਰ ਦੀ ਤੁਹਾਨੂੰ ਜਿਹੜੇ ਅੰਦਰ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਨੇ, ਬਾਹਰ ਸਕਰੀਨ 'ਤੇ ਵੀ ਤੁਸੀਂ ਜਿਹੜੀ ਲਾਈਵ ਤਸਵੀਰਾਂ ਦੇਖ ਰਹੇ ਹੋ। ਅਤੇ ਬਾਬਾ ਜੀ ਜਿਹੜਾ ਉਰੇ ਕੋਈ ਸਮਾਗਮ ਵੀ ਕਰਵਾਇਆ ਜਾਂਦਾ? ਹਾਂਜੀ ਹਾਂਜੀ, ਹਰ ਸਾਲ ਹੁੰਦਾ ਜੀ ਸਮਾਗਮ। ਇਹ ਜਾਂਦਾ ਜੀ ਫਰਵਰੀ ਮਹੀਨੇ ਦੇ ਇਸ ਮਹੀਨੇ ਦੇ ਐਤਵਾਰ ਨੂੰ, ਦੂਆ ਐਤਵਾਰ ਫਰਵਰੀ ਦਾ ਦੂਆ ਐਤਵਾਰ ਹਵਨ ਹੁੰਦਾ, ਭੰਡਾਰਾ ਹੁੰਦਾ, ਬਹੁਤ ਠੀਕ ਦਾ ਪੂੜੇ ਬਣਦੇ ਆ, ਕੁਇੰਟਲ ਆਟਾ ਪੂੜੇ ਦਾ ਬਣਦਾ, ਚਾਵਲ 4-5 ਸਬਜ਼ੀਆਂ ਬਣਦੀਆਂ, ਖੀਰ ਬਣਦੀ, ਐਂ ਤਹਿਦੇਕੀ ਨਾਲ ਕੰਮ ਵਧੀਆ ਭੰਡਾਰਾ ਜਾਂਦਾ ਜੀ। ਅਤੇ ਦਰਸ਼ਕ ਵੀ ਨੋਟ ਕਰ ਲੈਣ, ਬਹੁਤ ਭਾਗਾਂ ਵਾਲੇ ਹੋ ਤੁਸੀਂ, ਅਸੀਂ ਵੀ ਮਾਲਕ ਦੀ ਕਿਰਪਾ ਦੇ ਨਾਲ ਜਿਹੜਾ ਐਤਵਾਰ ਆ ਰਿਹਾ ਉਹ 11 ਤਰੀਕ ਦਾ ਐਤਵਾਰ ਆ ਰਿਹਾ, ਅਤੇ ਹੁਣ ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਤੁਹਾਨੂੰ ਜਿਹੜੀ ਵੀਡੀਓ ਪਾ ਕੇ ਖੁਸ਼ਖਬਰੀ ਦੇਣੀ ਚਾਹੁੰਦੇ ਆ ਵੀ ਤੁਸੀਂ ਉਰੇ ਜ਼ਰੂਰ ਪਹੁੰਚੋ, ਔਰ ਇਸ ਜਿਹੜੇ ਵੱਡੇ ਕੁੰਭ ਦੇ ਵਿੱਚ ਤੁਸੀਂ ਆਪਣਾ ਤਿਲ ਫੁੱਲ ਜੋ ਵੀ ਤੁਸੀਂ ਅਰਪਣ ਕਰਨਾ ਚਾਹੁੰਦੇ ਹੋ, ਚਾਹੇ ਪੈਸੇ ਦੀ ਲਾਲੇ ਗੱਲ ਕਰਕੇ ਜਾਂ ਰਾਸ਼ਨ ਦੀ ਜੇ ਗੱਲ ਕਰੀਏ, ਤਾਂ ਤੁਸੀਂ ਜਿਵੇਂ ਕਿ ਬਾਬਾ ਜੀ ਨੇ ਦੱਸਿਆ 1 ਕੁਇੰਟਲ ਜਿਹੜੇ ਪੂੜੇ ਦਾ ਜਿਹੜਾ ਭੰਡਾਰਾ ਹੋਵੇ ਉਹ ਬਹੁਤ ਵੱਡਾ ਜਿਹੜਾ ਭੰਡਾਰਾ ਹੋਏਗਾ। ਅਸੀਂ ਤਕਰੀਬਨ ਬਾਬਾ ਜੀ ਕਿੰਨੇ ਕੁ ਜਿਹੜੀ ਉਹਦੇ ਸੰਗਤ ਹੋ ਜਾਂਦੀ ਹੈ? ਸੰਗਤ ਇੱਥੇ ਮਤਲਬ ਪੂਰੇ ਲੱਗ ਜਾਂਦੇ, 600-800 ਬੰਦਾ ਆ ਜਾਂਦਾ, 700-800 ਬੰਦਾ ਆ ਜਾਂਦਾ। ਪਰ ਫਿਰ ਅਸੀਂ ਦੁਬਾਰੇ ਫਿਰ ਕਹਿੰਦੇ ਹਾਂ ਵੀ ਜਿਹਨਾਂ ਦੀ ਰਮਪਾਲ ਕੌਸ਼ਲ ਦੀ ਜਿਹਨਾਂ ਨੂੰ ਸਤੀਆਂ ਨਹੀਂ ਮਿਲਦੀਆਂ, ਅੱਜ ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ। ਅਤੇ ਇਸ ਭਰਤਗੜ੍ਹ ਤੋਂ ਬਿਲਕੁਲ ਥੋੜ੍ਹੇ ਜਿਹੇ ਅੱਗੇ
ਦਬੋਟਾ ਪਿੰਡ, ਦਬੋਟੇ ਦੇ ਇੱਕ ਨਸਰਾਲੀ ਜਿਹੜੀ ਪਿੰਡ ਪੈਂਦੇ ਆ ਉੱਥੇ ਜਿਹੜੀਆਂ ਇਹ ਸਤੀਆਂ ਹੈਗੀਆਂ। ਔਰ 11 ਤਰੀਕ ਨੂੰ ਵੱਡਾ ਭੰਡਾਰਾ ਕੀਤਾ ਜਾਂਦਾ ਹੈ ਔਰ 10 ਵਜੇ ਤੋਂ ਲੈ ਕੇ 12 ਵਜੇ ਤੱਕ ਹਵਨ ਕੀਤਾ ਜਾਊਗਾ। ਉਸ ਤੋਂ ਬਾਅਦ ਜਿਹੜਾ ਲੰਗਰ ਉਹ ਨਿਰੰਤਰ ਸ਼ਾਮ ਤੱਕ ਚੱਲੇਗਾ। ਅਤੇ ਤੁਸੀਂ ਦੂਰ ਦੁਰਾਡੇ ਤੋਂ ਉਰੇ ਜ਼ਰੂਰ ਪਹੁੰਚੋ। ਹਾਂਜੀ ਬਾਬਾ ਜੀ, ਰਾਤ ਤੱਕ ਚੱਲਦਾ ਜੀ, 8 ਵਜੇ ਤੱਕ ਲੰਗਰ ਰਾਤ ਤੱਕ ਚੱਲਦਾ ਜੀ। ਅਤੇ ਬਾਬਾ ਜੀ ਵੱਲੋਂ ਦੱਸਿਆ ਗਿਆ ਵੀ ਜੇ ਤੁਸੀਂ ਲੇਟ ਫੇਟ ਵੀ ਹੁੰਦੇ ਤਾਂ ਕੋਈ ਗੱਲ ਨਹੀਂ, 8 ਵਜੇ ਤੱਕ ਤੁਸੀਂ ਉਰੇ ਜ਼ਰੂਰ ਪਹੁੰਚੋ। ਆਪਣੇ ਤਿਲ ਫੁੱਲ ਜੋ ਵੀ ਤੁਸੀਂ ਅਰਪਣ ਕਰਨੇ ਚਾਹੁੰਦੇ ਹੋ ਔਰ ਆਪਣੀ ਜਿਹੜੀ ਸਤੀਆਂ ਨੂੰ ਮੱਥਾ ਟੇਕਣਾ ਚਾਹੁੰਦੇ ਹੋ, ਨਸਮਸਤਕ ਹੋਣਾ ਚਾਹੁੰਦੇ ਹੋ, ਆਪਣੀ ਮਨੋਕਾਮਨਾ ਜਿਹੜੀਆਂ ਪੂਰੀਆਂ ਕਰਨਾ ਚਾਹੁੰਦੇ ਹੋ, ਤੁਸੀਂ ਉਸ ਮੰਦਿਰ ਦੇ ਉੱਤੇ ਅੱਜ ਦੇਖ ਰਹੇ ਹੋ ਲਾਈਵ ਤਸਵੀਰਾਂ। ਅਸੀਂ ਧੰਨਵਾਦ ਕਰਾਂਗੇ ਬਾਬਾ ਜੀ ਦਾ ਵੀ ਉਹਨਾਂ ਨੇ ਇਹਨਾਂ ਦਾ ਜਿਹੜੀਆਂ ਇਹ ਸਤੀਆਂ ਸੀ ਅਤੇ ਤਕਰੀਬਨ ਕਾਫੀ ਚਿਰ ਦੇ ਸਾਨੂੰ ਵੀ ਇੱਕ ਮਿੰਟ ਆਉਂਦਾ ਸੀ ਵੀ ਤੁਸੀਂ ਉਹ ਪਤਾ ਕਰਕੇ ਦੱਸੋ। ਅਤੇ ਅੱਜ ਮਾਤਾ ਦੀ ਅਪਾਰ ਕਿਰਪਾ ਦੇ ਨਾਲ ਉਸ ਚੀਜ਼ਾਂ ਦਾ ਜਿਹੜੀ ਅੱਜ ਪ੍ਰਾਪਤੀ ਕੀਤੀ ਗਈ ਹੈ। ਅਸੀਂ ਜੀ ਸਟਾਰ ਟੀਮ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਵੀ ਜਿਨ੍ਹਾਂ ਦੀ ਰਮਪਾਲ ਕੌਸ਼ਲ ਦੀਆਂ ਜਿਹੜੀਆਂ ਸਤੀਆਂ ਹੈ ਉਹ ਮਿਲ ਚੁੱਕੀਆਂ ਹੈ ਅਤੇ ਤੁਸੀਂ ਉਰੇ ਜ਼ਰੂਰ ਪਹੁੰਚੋ। ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਾਲ ਕਿਰਪਾਲ ਸਿੰਘ ਲੋਹਗੜ੍ਹ।